ਅੱਜ ਦੇ ਸਾਹਿਬ ਦੇ ਪ੍ਰੋਗਰਾਮ ਦੇ ਉੱਪਰ ਅਸਥਾਨਾ ਜੀ ਤਸ਼ਰੀਫ ਦੇ ਜਮੀਨ ਸਰਦਾਰ ਦਗਾਨ ਵਾਈਨ ਵੀ ਸਾਡੇ ਵਾਸਤੇ ਪੈਸੇ ਫਖਰ ਹੈ ਔਰ ਦੁਆਰਾ ਟਾਈਮ ਇਨਸ਼ਾ ਅੱਲਾਹ ਹੋਣਾ ਰਹਿਣਾ ਫਰੀ ਬਾਕੀ ਮਾਮਾ ਜੀ ਵੀ ਸਾਰਾ ਸਿਰਫ ਦੋ ਚਾਰ ਮਿੰਟ ਵਾਸਤੇ ਇਹ ਦੋ ਗੱਲਾਂ ਕਰ ਰਹੇ ਕਿ ਅਸੀਂ ਚਾਰ ਭਾਈ ਸਾਰੇ ਜਾਣ ਅਸੀਂ ਸਾਰੇ ਰਲ ਕੇ ਵੀ ਸਾਰੇ ਇਕੱਠੇ ਹੋ ਕੇ ਵੀ ਅਤੇ ਤੁਹਾਡੀ ਪਿੰਡ ਵਾਲਿਆਂ ਦੀ ਮੁਰੀਦੀਨ ਦੀ ਸ਼ਾਗਿਰਦਾਂ ਦੀ ਪੀਰਾਂ ਦੀ ਵੀ ਉਸਤਾਦਾਂ ਦੀ ਵੀ ਉਹ ਖਿਦਮਤ ਜਾਂ ਉਹ ਰੰਗ ਜਾਂ ਉਹ ਮਾਹੌਲ ਅਗਰ ਜੇ ਸਾਰੇ ਰਲ ਕੇ ਵੀ ਸਾਡੇ ਕੋਲ ਉਹ ਬਣਿਆ ਕੰਮ ਨਹੀਂ ਲੇਕਿਨ ਜਿਵੇਂ ਅੱਤਾ ਜੀ ਰਹਿਮਤੁਲ੍ਲਾਹ ਆਪਦੇ ਕੋਲ ਰਾਤੀ 12 ਵਜੇ ਵੀ ਆਇਆ ਦਿਹਾੜੀ ਵੀ ਆਇਆ ਗਰਮੀ ਵਿੱਚ ਆਇਆ ਸਰਦੀ ਵਿੱਚ ਆਇਆ ਆਪ ਬੜੀ ਅਦਾਲਤ ਦੇ ਬਾਵਜੂਦ ਸਫ਼ਰ ਤੋਂ ਆਏ ਹੁਣੀ ਅੱਖ ਲੱਗੀ ਹੈ ਮੂੰਹ ਆਖੜ ਗਿਆ ਕੋਈ ਬੰਦਾ ਆਇਆ ਅਤੇ ਮਸਜਿਦ ਦੇ ਵਿੱਚ ਖਲੋ ਕੇ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਅਤੇ ਕਦੀ ਵੀ ਇਹ ਨਹੀਂ ਹੋਇਆ ਕਿ ਅੱਬਾ ਜੀ ਨੇ ਫਰਮਾਇਆ ਹੋਵੇ ਉਹਨਾਂ ਕੋਲ ਵੀ ਆਰਾਮ ਦਾ ਕਰਨਾ ਜਾਂ ਟਾਈਮ ਕੋਈ ਨਹੀਂ ਹੈ ਇਹ ਕਿਹੜਾ ਟਾਈਮ ਆਉਣਾ ਜਾਂ ਉਸ ਉੱਤੇ ਪੈਣ ਜਾਂ ਉਹਦੀ ਤਬੀਅਤ ਖਰਾਬ ਹੈ ਜਿਸ ਵੇਲੇ ਕੋਈ ਬੰਦਾ ਆਇਆ ਜੇ ਵਜਿਆ ਕਿਸੇ ਦਾ ਕੰਮ ਨਹੀਂ ਸਿਰਫ ਮਸਲੇ ਦੱਸਣ ਆਉਂਦਾ ਹੀ ਬਲਕਿ ਕਈ ਐਸੇ ਸਫੈਦ ਪੋਸ਼ ਲੋਕ ਜਿਨ੍ਹਾਂ ਦੇ ਕਿ ਦੋ ਮਾਮਲਾਤ ਅੱਬਾ ਜੀ ਸੁਲਝਾਉਂਦੇ ਰਹਿਣ ਔਰ ਫਿਰ ਖਾਸ ਐਲਾਨ ਵੀ ਹੈ ਜਨਾਜ਼ੇ 'ਤੇ ਨਹੀਂ ਹੋ ਸਕਿਆ ਕਿ ਕਿਉਂਕਿ ਅੱਬਾ ਜੀ ਦੇ ਮਾਮਲਾਤ ਬਹੁਤ ਜ਼ਿਆਦਾ ਵਸੀਹ ਸੀ ਪਿੰਡ ਵਿੱਚ ਵੀ ਅਤੇ ਪਿੰਡ ਤੋਂ ਬਾਹਰ ਵੀ ਅਤੇ ਕਈ ਸਾਡੇ ਭਾਈ ਸਾਡੇ ਬਜ਼ੁਰਗ ਦੋਸਤ ਬਾਪ ਅਕਸਰ ਕਾਲ ਅੱਬਾ ਜੀ ਸਾਡੇ ਤੋਂ ਇੰਨੀਆਂ ਨੇ ਕਿ ਐਲਾਨ ਵੀ ਨਹੀਂ ਸੀ ਕੋਈ ਲਿਖਦੇ ਨਹੀਂ ਸੀ ਲੇਕਿਨ ਕੁਝ ਚੀਜ਼ਾਂ ਐਸੀਆਂ ਵੀ ਹੁੰਦੀਆਂ ਕਿ ਜਿਹੜੀਆਂ ਖਾਸ ਲੋਕਾਂ ਦੇ ਦਰਮਿਆਨ ਹੁੰਦੀਆਂ ਕੋਈ ਲੈਣ ਦੇਣ ਦੇ ਮਾਮਲਾਤ ਅਗਰ ਕਿਸੇ ਦੇ ਹੋਣ ਇਹ ਬਿਲਕੁਲ ਵਾਜ਼ੇ ਐਲਾਨ ਹੈ ਮਾਫ਼ੀ ਵਾਸਤੇ ਹਾਜ਼ਰ ਨਹੀਂ ਹੋਇਆ ਕਿ ਮਾਫ਼ ਕਰੋ ਇਸ ਵਾਸਤੇ ਹਾਜ਼ਰ ਹੋਇਆ ਕਿਸੇ ਦਾ ਵੀ ਕੋਈ ਲੈਣ ਦੇਣ ਹੋਵੇ ਅਸੀਂ ਚਾਰੇ ਭਾਈ ਹਾਂ ਸਾਡੇ ਵਿੱਚੋਂ ਜਿਹਦਾ ਨਾਮ ਵੀ ਤੁਸੀਂ ਮਿਲੋਗੇ ਜਿਹਦਾ ਲੈਣ ਦੇਣ ਹੋਵੇ ਇਨ ਸ਼ਾ ਅੱਲਾਹ ਆਨਾ ਇਨ ਸ਼ਾ ਅੱਲਾਹ ਕਲੀਅਰ ਹੋ ਜਾਏ ਇਹ ਬਾਤ ਦੂਸਰੀ ਇਹ ਕਿ ਇਨ ਸ਼ਾ ਅੱਲਾਹ ਸਾਡੇ ਦੋ ਭਾਈ ਇੱਥੇ ਆਸਥਾਨਾ ਆਲੀਆ ਦੇ ਸਾਡੇ ਸਭ ਤੋਂ ਵੱਡੇ ਮੇਰੇ ਭਾਈ ਪ੍ਰਕਾਸ਼ ਸਾਹਿਬ ਮੇਰੇ ਕੋਲ ਛੋਟੇ ਗੁਲਾਮ ਅੱਗੇ ਕਿਉਂਕਿ ਚੌਵੀ ਘੰਟੇ ਇੱਥੇ ਹੁੰਦੇ ਲਹਿਜ਼ਾ ਇਹ ਵੀ ਹਾਲਤ ਹੈ ਅਸੀਂ ਵੀ ਇਨ ਸ਼ਾ ਅੱਲਾਹ ਹਰ ਵੇਲੇ ਅੱਬਾ ਜੀ ਸਾਡੇ ਕੋਲ ਮੌਲੀ ਤਾਲੂ ਸਾਹਿਬ ਦੇ ਬਣਾਉਣ ਹੁੰਦਾ ਕੋਈ ਨਹੀਂ ਲੇਕਿਨ ਇਹ ਗੱਲ ਹੈ ਕਿ ਅਸੀਂ ਦਿਲੋਂ ਜਾਨ ਤੋਂ ਤੁਹਾਡੇ ਖਿਦਮਤ ਵਿੱਚ ਹਰ ਵੇਲੇ ਇਨ ਸ਼ਾ ਅੱਲਾਹ ਹਾਜ਼ਰ ਰਹਿਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਇਹ ਕੋਸ਼ਿਸ਼ ਕਰਨਾ ਕਿ ਜਿਵੇਂ ਹਜ਼ੂਰ ਪੀਰ ਸਾਹਿਬ ਵੱਲ ਮਨਸੂਬ ਹੈ ਕਿ ਗਲਤ ਬਾਤ ਮੈਂ ਮੁਜਰਮ ਹੋਵਾਂਗਾ ਔਰ ਮੇਰੇ ਸਾਹਿਬ ਦੇ ਨਾਮ ਫਰਮਾ ਦਿਓਗੇ ਕਿ ਕਿਸੇ ਦੁਨੀਆਦਾਰ ਹੁੰਦੇ ਨੂੰ ਬੰਦੇ ਗੱਲ ਕਰ ਦਿੰਦੇ ਖਾਜਾ ਬਿਲਕੁਲ ਨਹੀਂ ਚਾਹੀਦੀ ਕਿ ਮੁਕਲ ਆਪ ਨਾਲ ਕਿਸੇ ਗੱਲ ਕੀਤੀ ਵੀ ਹੁਣ ਕੋਈ ਪੀਰ ਮੇਰੇ ਨਿਸ਼ਾ ਬਣਿਆ ਕਿ ਹੁਣ ਕੋਈ ਅੰਦਰ ਨਿਸ਼ਾ ਬਣਿਆ ਤੇ ਆਪ ਨੇ ਫਰਮਾਇਆ ਵੀ ਆਉਣ ਵਾਲਾ ਵੀ ਮੇਰੇ ਨੇ ਬਣ ਗਿਆ ਅੱਲਾਹ ਸਾਹਿਬ ਨੇ ਮੋਹ ਲਾ ਦਿੱਤੀ ਤੋ ਗੱਲ ਇਹ ਹੈ ਕਿ ਸਾਡੇ ਵਿੱਚ ਅਗਰ ਤੇ ਕੁਝ ਨਹੀਂ ਇਹ ਫੈਜ਼ਾਨ ਉਹਨਾਂ ਦਾ ਇਹ ਹੋਰ ਵੀ ਸਿਆਲ ਦਾ ਵੀ ਇੱਥੇ ਫੈਜ਼ ਹੈ ਇਹ ਸਿਲਸਿਲਾ ਸਾਬਰੀਆਂ ਵੀ ਸਿਲਸਿਲਾ ਨਿਜ਼ਾਮੀਆਂ ਵੀ ਅਲਹਮਦੁਲਿਲਾ ਸਾਡੇ ਇਸ ਬਾਤ ਤੇ ਫਖਰ ਹੈ ਕਿ ਅਸੀਂ ਹਜ਼ੂਰ ਪੀਰ ਸਿਆਲ ਆਪ ਦੇ ਵੀ ਗੁਲਾਮ ਹਾਂ ਔਰ ਆਪ ਦਾ ਵੀ ਇਹ ਫੈਜ਼ਾਨ ਇਸ ਆਸਥਾਨੇ ਦੇ ਉੱਤੇ ਮੌਜੂਦ ਹੈ ਔਰ ਬਾਬਾ ਸਾਹਿਬ ਦੇ ਦੋ ਬੜੇ ਖੁਲਾਫਾ ਹਜ਼ੂਰ ਅਲਾਉਦੀਨ ਅਲੀ ਅਹਿਮਦ ਸਾਬਰ ਕਲੀਅਰੀ ਆਪ ਦਾ ਸਾਬਰ ਸਿਲਸਿਲਾ ਔਰ ਹਜ਼ੂਰ ਨਿਜ਼ਾਮੁਦੀਨ ਮਾਹਬੂਬ ਇਲਾਹੀ ਰਜ਼ੀ ਅੱਲਾਹੁ ਤਾਲਾ ਅਨਹੁ ਆਪ ਦਾ ਸਿਲਸਿਲਾ ਇਹ ਦੋਵਾਂ ਦਾ ਇਹ ਦੋਵੇਂ ਦਸ਼ਮੀ ਚ ਮਿਲੇ ਇਹ ਜੰਕਸ਼ਨ ਬਣਦਾ ਹੈ ਔਰ ਅੱਲਾਹ ਰੱਬੁਲ ਆਲਮੀਨ ਨੇ ਸਾਨੂੰ ਇਹ ਇਜ਼ਾਜ਼ ਅਤਾ ਫਰਮਾਇਆ ਤੇ ਇਹ ਸਭ ਇਹਨਾਂ ਬਜ਼ੁਰਗਾਂ ਦੀਆਂ ਜਿਹੜੇ ਤੁਸੀਂ ਜਿਹਨਾਂ ਬਜ਼ੁਰਗਾਂ ਦੀਆਂ ਜ਼ਿਆਰਤਾਂ ਕਰ ਰਹੇ ਹੋ ਇਹ ਸਭ ਇਹਨਾਂ ਦੇ ਜਿਹੜੇ ਨੇ ਫਿਊਜ਼ੋ ਬਰਕਾਤ ਨੇ ਤੇ ਬਾਕੀ ਇਨਸ਼ਾਅੱਲਾ ਸਿਲਸਿਲੇ ਜਿਸ ਤਰ੍ਹਾਂ ਹੈ ਉਹ ਅੱਲਾਹ ਪਾਕ ਚ ਲਾਣ ਬੰਦੇ ਦੇ ਇਖਤਿਆਰ ਵਿੱਚ ਕੁਝ ਨਹੀਂ ਬਾਕੀ ਇਨਸ਼ਾਅੱਲਾ ਸਾਡੇ ਭਾਈ ਵੱਡੇ ਸਾਡੇ ਸਾਦਾ ਬਜ਼ੁਰਗ ਸਾਡੀਆਂ ਦੀ ਸਰਪ੍ਰਸਤੀ ਇਹਨਾਂ ਦੀਆਂ ਨਿਗਰਾਨੀਆਂ ਇਹਨਾਂ ਦੀਆਂ ਮੁਹੱਬਤਾਂ ਔਰ ਇਹਨਾਂ ਦੀਆਂ ਸਾਡੇ ਤੇ ਸ਼ਫਕਤਾਂ ਤੁਹਾਡੀਆਂ ਸਾਰੀਆਂ ਦੀਆਂ ਜਿਹੜੀਆਂ ਅੱਲਾਹ ਪਾਕ ਇਹਨਾਂ ਨੂੰ ਸਲਾਮਤ ਰੱਖੇ ਬੜੇ ਦੋਸਤ ਆਪਾਂ ਮੈਨੂੰ ਵੀ ਇਹਨਾਂ ਨੂੰ ਕੀਤੀ ਹੈ ਅੱਬਾ ਜੀ ਕਿਬਲਾ ਸਾਹਿਬ ਜ਼ਿੰਦਗੀ ਸਾਨੂੰ ਇਸ਼ਕ ਮੁਸਤਫਾ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਦਾ ਸਬਕ ਦਿੱਤਾ ਕੁਝ ਆਬਾਬ ਨਵੇਂ ਜਿਹਨਾਂ ਉਹ ਕਲਾਮ ਨਹੀਂ ਸੁਣਿਆ
ਤੇ ਮੈਂ ਚੂੰਕਿ ਇਸ ਵਕਤ ਉਸ ਗੁਲਾਮ ਨੂੰ ਪੜ੍ਹਨ ਦੇ ਮਾਹੌਲ ਵਿੱਚ ਨਹੀਂ, ਛੋਟੇ ਭਾਈ ਗੁਲਾਮ ਹੈ, ਮੈਂ ਤੁਹਾਨੂੰ ਮਹਿਲ ਕਰ ਰਿਹਾ ਕਿ ਅਕਸਰ ਦੋਸਤਾਂ ਦੀ ਸ਼ਾਇਸ਼ ਹੈ ਕਿ ਆਪਾਂ ਜੀ ਸਾਰੀ ਜ਼ਿੰਦਗੀ ਕੋਈ ਮਨਜ਼ੂਰ ਸਾਹਿਬ ਹੋਏ, ਮੈਂ ਇਹਨਾਂ ਨਹੀਂ ਲੜਨਾ ਕਿਉਂਕਿ ਪੰਜਾਬੀ ਵਿੱਚ ਅਲਾਮਾ ਮਨਜ਼ੂਰ ਸਾਹਿਬ ਫੈਲਿਆ ਵਾਲਾ ਹੈ, ਉਹਨਾਂ ਪੰਜਾਬੀ ਵਿੱਚ ਕਲਾਮ ਲਿਖਿਆ, ਬਿਨਾਂ ਸਰਬਤ ਤੋਂ ਆਲਮ ਦੇ ਬੜਾ ਮੁਸ਼ਕਲ ਗੁਜ਼ਾਰਾ ਹੈ, ਦੁੱਖਾਂ ਵਿੱਚ ਬੀਤ ਦੀ ਜਾਂਦੀ ਸੁੱਖਾਂ ਦੀ ਕਾ ਕਿਨਾਰਾ ਹੈ। ਇਹ ਅੱਬਾ ਜੀ ਦਾ ਇੱਕ ਮਸ਼ਹੂਰ ਇੱਕ ਕਲਾਮ ਸੀ, ਹਰ ਬੰਦੇ ਦੀ ਸ਼ਾਇਸ਼ ਹੁੰਦੀ ਸੀ, ਹਰ ਮਹਿਫਲ ਵਿੱਚ, ਹਰ ਜੁਮੇ ਤੇ, ਹਰ ਖਤਮ ਤੇ ਹਰ ਬੰਦੇ ਦੀ ਸ਼ਾਇਸ਼ ਹੁੰਦੀ ਸੀ ਵੀ ਮੋਲੀ ਸਾਹਿਬ ਇਹ ਜਿਹੜਾ ਕਲਾਮ ਮੇਰਾ ਸਾਨੂੰ ਸੁਣਾ, ਤੋ ਛੋਟੇ ਭਾਈ ਉਹ ਕਲਾਮ ਸੁਣਾਉਣ ਤੋਂ ਉਸ ਤੋਂ ਬਾਅਦ ਸਾਹਿਬ ਦਾ